ਕੋਸ਼ੋ ਇਸ ਜਗਤ ਵਿੱਚ ਬਹੁਤ ਜ਼ਿਆਦਾ ਅਸ਼ubh ਵਿਚਾਰ ਹਨ ਬਹੁਤ ਉਹਨਾਂ ਦੀ ਹਨੇਰੀਆਂ ਹਨ ਲੇਕਿਨ ਇਹ ਨਾ ਭੁੱਲੋ ਕੁਝ ਛੋਟੇ ਛੋਟੇ ਸ਼ubh ਵਿਚਾਰ ਦੇ ਦੀਵੇ ਵੀ ਹਨ ਉਹ ਵੀ ਟਿਮਟਿਮਾ ਰਹੇ ਹਨ ਕੁਝ ਸ਼ੁੱਧ ਸ਼ੁੱਧ ਵਿਚਾਰ ਦੀਆਂ ਛੋਟੀਆਂ ਛੋਟੀਆਂ ਲਹਿਰਾਂ ਹਨ ਉਹ ਵੀ ਜਿਉਂਦੀਆਂ ਹਨ ਇਸ ਪੂਰੇ ਹਨੇਰੇ ਦੇ ਵਿਰਾਟ ਸਾਗਰ 'ਚ ਕੁਝ ਪ੍ਰਕਾਸ਼ ਦੀਆਂ ਕਿਰਨਾਂ ਵੀ ਹਨ ਉਹਨਾਂ ਦਾ ਸਾਥ ਖੋਜੋ ਉਨੂੰ ਅਸੀਂ ਸਤ ਸੰਗ ਕਹਿੰਦੇ ਆ ਇਸ ਬਹੁਤ ਹਨੇਰੇ ਨਾਲ ਭਰੀ ਹੋਈ ਦੁਨੀਆ 'ਚ ਨਿਹਰਾ ਹਨੇਰਾ ਨਹੀਂ ਹੈ ਕੁਝ ਦੀਵੇ ਹਨ ਮਿੱਟੀ ਦੇ ਹੀ ਸਹੀ ਤੇ ਉਹ ਛੋਟੀ ਉਹਨਾਂ ਦੀ ਲੋ ਹੋਵੇ ਤਾਂ ਵੀ ਸਹੀ ਲੇਕਿਨ ਉਹ ਵੀ ਹਨ ਜਿਨ੍ਹਾਂ ਦਾ ਅਸੀਂ ਸਾਥ ਖੋਜੀਏ ਕਿਉਂਕਿ ਜਿਹੜੇ ਜਿਹੜਾ ਜਗਦੇ ਹੋਏ ਦੀਵਿਆਂ ਦੇ ਕਰੀਬ ਆਪਣੇ ਬੁਝੇ ਦੀਵੇ ਨੂੰ ਲੈ ਜਾਏਗਾ ਬਹੁਤ ਸੰਭਵ ਹੈ ਉਹਦੀ ਜੋਤ ਜੋ ਕਿ ਬੁਜੀ-ਬੁਜੀ ਹੈ ਉਹਨਾਂ ਦੂਜੇ ਦੀਵਿਆਂ ਦੇ ਸਾਥ ਵਿੱਚ ਮੁੜ ਸੁਰਜੀਤ ਹੋ ਜਾਏਗਾ ਬਹੁਤ ਸੰਭਵ ਹੈ ਕਿ ਉਹ ਆਪਣੇ ਧੂਏ ਨੂੰ ਖੋ ਦੇਵੇ ਤੇ ਲਪਟ ਬਣ ਜਾਏ ਧੰਨਵਾਦ